ਰੋਜ਼ਗਾਰ ਪੰਜਾਬ 'ਚ ਲਿਆਇਆ ਜਾਏਗਾ ਪੰਜਾਬ 'ਚ ਇੰਡਸਟਰੀ ਲਿਆਈ ਜਾਏਗੀ ਤਾਂ ਪੰਜਾਬ ਨੂੰ ਇੱਕ ਵਾਰੀ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾਏਗਾ ਇੰਡਸਟਰੀ ਲਿਆਉਣ ਵਾਸਤੇ 2-3 ਵੱਡੇ ਪ੍ਰਯਾਸ ਪਿਛਲੇ 15 ਸਾਲਾਂ ਚੁਲੇ ਨੇ ਲੇਕਿਨ ਭਗਵੰਤ ਸਿੰਘ ਜੀ ਜੋ ਤੇ ਤੁਸੀਂ ਆਏ ਹੋ ਪੰਜਾਬ ਦੇ ਅੰਦਰ ਨਵੀਂ ਇੰਡਸਟਰੀ ਸ਼ੁਰੂ ਹੋਈ ਹੈ ਕ੍ਰਾਈਮ ਦੀ ਇੰਡਸਟਰੀ ਲਾ ਐਂਡ ਆਰਡਰ ਖਤਮ ਕਰਨ ਦੀ ਇੰਡਸਟਰੀ ਅੱਜ ਵੀ ਪੰਜਾਬ 'ਚ ਹਥਿਆਰ ਪਕੜੇਗੇ ਪੰਜਾਬ ਪੁਲਿਸ ਨੇ ਅੱਜ ਵੀ ਪੰਜਾਬ ਨਾਲ ਰਿਲੇਟਡ ਅੰਤਖਵਾਦੀ ਪਕੜੇ ਪਿਛਲੇ ਦਿਨਾਂ ਚ ਕਿੰਨੇ ਟਿਫਨ ਬੰਬ ਆਏ ਕਿੰਨੀਆਂ ਆਈਡੀਆਂ ਆਈਏ ਕਿੰਨੀਆਂ ਰਾਕਟ ਲਾਂਚਰ ਨਾਲ ਹਮਲਾ ਹੋ ਰਿਹਾ ਪੁਲਿਸ ਹੈੱਡਕੁਆਰਟਰ ਤੇ ਇਹ ਬੇਅਰ ਖੌਫ ਪੈਦਾ ਹੋਇਆ ਹੈ ਪਹਿਲੇ ਉਹਨੂੰ ਕਦਮ ਕਰਨਾ ਪਏਗਾ ਇੰਡਸਟਰੀ ਦੇ ਮੰਤਰੀ ਤਹਿਸ਼ਤ ਤਿਆਦਾ ਕਰਦੇ ਅੱਜ ਪਿਛਲੇ ਦੋਆਂ ਸਾਲਾਂ ਚ ਕਿੰਨੇ ਟੈਲੀਫੋਨ ਟਾਵਰ ਤੋੜੇ ਕਿੰਨੀ ਇੰਡਸਟਰੀਆਂ ਦੇ ਗੇਟ ਤੋੜੇ ਐਸੇ ਜੇ ਭਗਵੰਤ ਸਿੰਘ ਜਿਹੜਾ ਹਾਲ ਪੰਜਾਬ ਚ ਹੋਇਆ ਜਿਹੜਾ ਤੁਹਾਡਾ ਮੰਤਰੀ 26 ਜਨਵਰੀ ਵਾਲੇ ਦਿਨ ਲਾਲ ਕਿਲੇ ਤੇ ਕੀ ਕਰ ਰਿਹਾ ਸੀ ਅੱਜ ਤੱਕ ਤੁਸੀਂ ਸਪਸ਼ਟੀਕਰਨ ਨਹੀਂ ਦਿੱਤਾ ਜਦੋਂ ਇਹੋ ਜਿਹੇ ਮੰਤਰੀ ਹੋਣਗੇ ਤੇ ਪੰਜਾਬ ਚ ਇੰਡਸਟਰੀ ਲਾਣੀ ਕਿੰਨੀ ਔਖੀ ਹੋਏਗੀ ਐਸੇ ਜੇ ਆਪਣੀ ਅਕਸ ਨੂੰ ਠੀਕ ਕਰੋ ਤਾਂ ਕਿ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਸੁਗਾਰ ਪੰਜਾਬ ਚ ਲਿਆਇਆ ਜਾਏਗਾ ਪੰਜਾਬ ਚ ਇੰਡਸਟਰੀ ਲਾਈ ਜਾਏਗੀ ਤਾਂ ਪੰਜਾਬ ਨੂੰ ਕਰੇ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾਏਗਾ ਇੰਡਸਟਰੀ ਲਿਆਉਣ ਵਾਸਤੇ 2-3 ਵੱਡੇ ਪ੍ਰਯਾਸ ਪਿਛਲੇ 15 ਸਾਲਾਂ ਚੁਲੇ ਹਨ ਲੇਕਿਨ ਭਗਵੰਤ ਜੀ ਸਾਹਿਬ ਜੋ ਤੇ ਤੁਸੀਂ ਆਏ ਹੋ ਪੰਜਾਬ ਦੇ ਅੰਦਰ ਨਵੀਂ ਇੰਡਸਟਰੀ ਸ਼ੁਰੂ ਹੋਈ ਹੈ ਕ੍ਰਾਈਮ ਦੀ ਇੰਡਸਟਰੀ ਲਾ ਐਂਡ ਆਰਡਰ ਖਤਮ ਕਰਨ ਦੀ ਇੰਡਸਟਰੀ ਅੱਜ ਵੀ ਪੰਜਾਬ ਚ ਹਥਿਆਰ ਪਕੜੇਗੇ ਪੰਜਾਬ ਪੁਲਿਸ ਨੇ ਅੱਜ ਵੀ ਪੰਜਾਬ ਨਾਲ ਰਿਲੇਟਡ ਅੰਤਖਵਾਦੀ ਪਕੜੇ ਪਿਛਲੇ ਦਿਨਾਂ ਚ ਕਿੰਨੇ ਟਿਫਨ ਬੰਬ ਆਏ ਕਿੰਨੀਆਂ ਆਈਡੀਆਂ ਆਈਏ ਕਿੰਨੀਆਂ ਰਾਕਟ ਲਾਂਚਰ ਨਾਲ ਹਮਲਾ ਹੋ ਰਿਹਾ ਪੁਲਿਸ ਹੈੱਡਕੁਆਰਟਰ ਤੇ ਇਹ ਬੇਅਰ ਖੌਫ ਪੈਦਾ ਹੋਇਆ ਪਹਿਲੇ ਉਹਨੂੰ ਖਤਮ ਕਰਨਾ ਪਏਗਾ ਇੰਡਸਟਰੀ ਮੰਤਰੀ دہشت ਤਦਾ ਕਰਦੇ ਅੱਜ ਪਿਛਲੇ 2 ਸਾਲਾਂ ਚ ਕਿੰਨੇ ਟੈਲੀਫੋਨ ਟਾਵਰ ਤੋੜੇ ਕਿੰਨੀ ਇੰਡਸਟਰੀਆਂ ਦੇ ਗੇਟ ਤੋੜੇ ਐਸੇ ਜੇ ਭਗਵੰਤ ਸਿੰਘ ਜਿਹੜਾ ਹਾਲ ਪੰਜਾਬ ਚ ਹੋਇਆ ਜਿਹੜਾ ਤੁਹਾਡਾ ਮੰਤਰੀ 26 ਜਨਵਰੀ ਦੇ ਦਿਨ ਲਾਲ ਕਿਲੇ ਤੇ ਕੀ ਕਰ ਰਿਹਾ ਸੀ ਅੱਜ ਤੱਕ ਤੁਸੀਂ ਸਪਸ਼ਟੀਕਰਨ ਨਹੀਂ ਦਿੱਤਾ ਜਦੋਂ ਇਹੋ ਜਿਹੇ ਮੰਤਰੀ ਹੋਣਗੇ ਤੇ ਪੰਜਾਬ ਚ ਇੰਡਸਟਰੀ ਲਾਣੀ ਕਿੰਨੀ ਔਖੀ ਹੋਏਗੀ ਐਸੇ ਜੇ ਆਪਣੀ ਅਕਸ ਨੂੰ ਠੀਕ ਕਰੋ ਤਾਂ ਕਿ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ। ਆਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ ਦੇਸ਼ ਵਿਦੇਸ਼ ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ ਘਰ ਬੈਠੇ 11 ਮਿੰਟਾਂ ਚ 101% ਦੀ ਗਰੰਟੀ ਨਾਲ ਸਮਾਧਾਨ ਵਸ਼ੇਕਰਨ ਅਤੇ ਮੁਟਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਬਰਕਤ ਔਲਾਦ ਕਹੜੇ ਤੋਂ ਬਾਅਦ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਬੰਨ ਜਾਦੂ ਟੋਣਾ ਮਨਮੋਣੀ ਵਸ਼ੇਕਰਨ ਕਰਵਾਉਣਾ ਜਾਂ ਤੜਵਾਉਣਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਯਾਮੀਨ ਬੰਗਾਲੀ 9643503221